ਪੰਜਾਬੀ ਸਾਹਿਤ ਦੇ ਬਾਬਾ ਬੋੜ ਜਸਵੰਤ ਸਿੰਘ ਕੰਬਲ। ਜਸਵੰਤ ਸਿੰਘ ਕੰਬਲ ਪ੍ਰਸਿੱਧ ਲੇਖਕ, ਨਾਵਲਕਾਰ ਅਤੇ ਕਹਾਣੀਕਾਰ ਸੀ। ਜਸਵੰਤ ਸਿੰਘ ਕੰਬਲ ਦਾ ਜਨਮ 27 ਜੂਨ 1919 ਪਿੰਡ ਢੁੱਡੀ ਕੇ ਜ਼ਿਲ੍ਹਾ ਮੋਗਾ ਦੇ ਵਿੱਚ ਪਿਤਾ ਸ੍ਰੀ ਮਾਹਾਲ ਦੇ ਘਰ ਹੋਇਆ। ਜਸਵੰਤ ਸਿੰਘ ਕੰਬਲ ਜੀ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਜਸਵੰਤ ਸਿੰਘ ਕੰਬਲ ਜੀ ਨੂੰ ਲਿਖਣ ਦੀ ਚੇਤਕ ਮਲਾਇਆ ਦੇ ਜੰਗਲਾਂ ਵਿੱਚ ਘੁੰਮਦੇ ਹੋਏ ਲੱਗੀ। ਜੇਕਰ ਜਸਵੰਤ ਸਿੰਘ ਕੰਬਲ ਦੀ ਪਹਿਲੀ ਨਾਵਲ ਪੁਸਤਕ ਦੀ ਗੱਲ ਕਰੀਏ ਤਾਂ ਉਹਨਾਂ ਦੀ ਪਹਿਲੀ ਨਾਵਲ ਪੁਸਤਕ ਸੱਚ ਨੂੰ ਫਾਂਸੀ 1944 ਵਿੱਚ ਆਈ ਅਤੇ ਇਸ ਨਾਵਲ ਨੂੰ ਲੋਕਾਂ ਨੇ ਬਹੁਤ ਹੱਦੋਂ ਵੱਧ ਪਿਆਰ ਦਿੱਤਾ। ਜੇਕਰ ਜਸਵੰਤ ਸਿੰਘ ਕੰਬਲ ਜੀ ਦੀਆਂ ਪ੍ਰਸਿੱਧ ਨਾਵਲ ਪੁਸਤਕਾਂ ਦੀ ਗੱਲ ਕਰੀਏ ਤਾਂ ਉਹਨਾਂ ਦੀਆਂ ਨਾਵਲ ਪੁਸਤਕਾਂ ਸੱਚ ਨੂੰ ਫਾਂਸੀ 1944, ਪੂਰਨਮਾਸੀ 1949 ਦੇ ਵਿੱਚ ਆਈ, ਰਾਤ ਬਾਕੀ ਹੈ ਇਹ ਨਾਵਲ 1954 ਦੇ ਵਿੱਚ ਆਈ, ਹਾਣੀ ਨਾਵਲ ਜੋ ਕਿ ਬਹੁਤ ਜ਼ਿਆਦਾ ਪ੍ਰਸਿੱਧ ਹੋਈ 1961 ਦੇ ਵਿੱਚ ਆਈ, ਲਹੂ ਦੀ ਲੋ 1975 ਦੇ ਵਿੱਚ ਆਈ। ਜੇਕਰ ਕੰਬਲ ਸਾਹਿਬ ਦੇ ਮਾਣ ਸਨਮਾਨਾਂ ਦੀ ਗੱਲ ਕਰੀਏ ਤਾਂ ਕੰਬਲ ਸਾਹਿਬ ਨੂੰ ਅਨੇਕਾਂ ਮਾਣ ਸਨਮਾਨ ਮਿਲੇ। ਉਹਨਾਂ ਨੂੰ ਸਭ ਤੋਂ ਵੱਡਾ ਸਨਮਾਨ ਦੀ ਜੇ ਗੱਲ ਕਰੀਏ ਤਾਂ ਕੰਬਲ ਸਾਹਿਬ ਨੂੰ ਭਾਰਤੀ ਸਾਹਿਤ ਅਕਾਡਮੀ ਸਨਮਾਨ ਹਾਸਲ ਹੋਇਆ ਹੈ। ਜਸਵੰਤ ਸਿੰਘ ਕੰਬਲ ਜੀ ਆਪਣੀ 100 ਸਾਲਾਂ ਦੀ ਜ਼ਿੰਦਗੀ ਪੰਜਾਬੀ ਸਾਹਿਤ ਦੀ ਸੇਵਾ ਕਰਦੇ ਹੋਏ ਅਤੇ ਆਖਰ 1 ਫਰਵਰੀ 2020 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਏ ਹਨ। ਭਾਵੇਂ ਕੰਬਲ ਸਾਹਿਬ ਅੱਜ ਸਾਡੇ ਵਿੱਚ ਨਹੀਂ ਹਨ, ਪਰ ਉਹਨਾਂ ਦੀਆਂ ਲਿਖੀਆਂ ਰਚਨਾਵਾਂ ਸਦਾ ਪੰਜਾਬੀਅਤ ਵਿੱਚ ਅਮਰ ਰਹਿਣਗੀਆਂ। ਦੋਸਤੋ, ਇਹ ਸੀ ਜਸਵੰਤ ਸਿੰਘ ਕੰਬਲ ਜੀ ਦੀ ਬਾਇਓਗ੍ਰਾਫੀ। ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਅਤੇ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ।